youth is in drug addict. If this is not stopped, Punjab will soon become like Mexico. यार मैं सुनिया मैक्सिको दी कुड़ियां बड़ी टोट हुंदी आ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਰਾਜ ਗਾਖਲ ਤੇ ਅੱਜ ਅਸੀਂ ਪਹੁੰਚੇ ਹਾਂ ਈਵੈਂਟ ਸਿਨੇਮਾ ਮਾਨਕਾਉ ਦੇ ਵਿੱਚ। ਲਗਾਤਾਰ ਲੱਗਦੇ ਬੈਨਾਂ ਦੇ ਬਾਵਜੂਦ ਵੀ ਮੂਵੀ ਉੜਤਾ ਪੰਜਾਬ ਰਿਲੀਜ਼ ਹੋ ਚੁੱਕੀ ਆ ਤੇ ਚੱਲ ਕੇ ਦੇਖਦੇ ਹਾਂ ਜੀ ਦਰਸ਼ਕਾਂ ਦੇ ਕੀ ਰਿਵਿਊ ਨੇ। ਆਓ ਚੱਲਦੇ ਹਾਂ ਜੀ। ਕਰ ਜਾਣਾ ਜਦੋਂ ਸਾਰਾ ਯੂਥ ਖਰਾਬ ਕਰਤਾ ਤੁਸੀਂ। ਠੀਕ ਠਾਕ ਆ, ਬਸ ਇਹ ਹੈ ਕਿ ਜਿਹੜੇ ਯੰਗਸਟਰ ਨੇ ਉਹ ਕਿੱਦਾਂ ਪੰਜਾਬ 'ਚ ਨਸ਼ਿਆਂ ਦੇ ਵਿੱਚ ਡੁੱਬੇ ਹੋਏ ਨੇ, ਉਹਨਾਂ ਦੇ ਲਈ ਇੱਕ ਮੈਸੇਜ ਹੈ ਕਿ ਇਸ ਤੋਂ ਕਿੱਦਾਂ ਬਚਣਾ ਹੈ। ਬਹੁਤ ਵਧੀਆ ਲੱਗੀ, ਬਹੁਤ ਵਧੀਆ ਸਟੋਰੀ ਹੈ ਜੀ, ਅਤੇ ਐਕਟਿੰਗ ਵੀ ਦਲਜੀਤ ਦੀ ਬਹੁਤ ਵਧੀਆ ਲੱਗੀ ਸਾਨੂੰ। ਬਹੁਤ ਵਧੀਆ ਬਾਈ, ਬਹੁਤ ਵਧੀਆ, ਬਹੁਤ ਸੋਹਣੀ ਹੈ ਭਾਜੀ, ਬਹੁਤ ਵਧੀਆ ਜੀ। ਜਦੋਂ ਆਪਾਂ ਕੋਈ ਵੀ ਮੂਵੀ ਦੇਖਦੇ ਹਾਂ ਜਾਂ ਕੋਈ ਵੀ ਮੈਸੇਜ ਦੇਖਦੇ ਹਾਂ ਫਿਲਮ ਦੇ ਵਿੱਚ, ਤਾਂ ਉਹ ਤੋਂ ਕੁਛ ਨਾ ਕੁਛ ਸਾਨੂੰ ਸਿੱਖਣ ਨੂੰ ਵੀ ਮਿਲਦਾ। ਕਈ ਬੁਰੀਆਂ ਗੱਲਾਂ ਹੁੰਦੀਆਂ, ਕਈ ਚੰਗੀਆਂ ਗੱਲਾਂ ਹੁੰਦੀਆਂ। ਡਾਇਰੈਕਟਰ ਨੇ ਦੋਨੇ ਪੱਖ ਦਿਖਾਏ ਦੇ ਵਿੱਚ ਕਿ ਇੱਕ ਪਾਸੇ ਤਾਂ ਜਿੱਥੇ ਨਸ਼ਾ ਪੰਜਾਬ ਦੇ ਵਿੱਚ ਚੱਲ ਰਿਹਾ, ਦੂਜੇ ਪਾਸੇ ਉਹਨੂੰ ਛੱਡਿਆ ਵੀ ਜਾ ਸਕਦਾ। ਇੱਕ ਮੋਟੀਵੇਸ਼ਨ ਹੈਗੀ ਹੈ, ਜਿੱਦਾਂ ਇੱਕ ਛੋਟੀ ਕੁੜੀ 'ਚ ਕੰਮ ਕਰ ਰਹੀ ਆ, ਉਹਨੇ ਆਪਣੇ ਆਪ ਨੂੰ ਨਸ਼ਾ ਛਡਾਉਣ ਲਈ ਕਿੰਨਾ ਕੰਟਰੋਲ ਕੀਤਾ। ਸੋ ਇੱਕ ਮੈਸੇਜ ਵੀ ਹੈਗਾ ਸਾਡੇ ਨਿਊ ਯੂਥ ਦੇ ਲਈ, ਅਗਰ ਪੰਜਾਬ ਦੇ ਵਿੱਚ ਮੂਵੀ ਇਹ ਲੋਕ ਦੇਖਦੇ ਆ ਅਤੇ ਜਾਂ ਜਿਹੜੇ ਅਡਿਕਟਡ ਹੈ ਇਸ ਚੀਜ਼ ਦੇ, ਉਹਨਾਂ ਦੇ ਲਈ ਇੱਕ ਬਹੁਤ ਵਧੀਆ ਮੈਸੇਜ ਹੈ ਫਿਲਮ ਦੇਖਣ ਦੇ ਲਈ। ਸੋ ਬਾਕੀ ਸਾਰੇ ਐਕਟਰਾਂ ਨੇ ਆਪਣੇ ਆਪਣੀ ਜਿੱਦਾਂ ਅਦਾਕਾਰੀ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ। ਜ਼ਰੂਰ ਆ ਜੀ, ਦਰਸ਼ਕ ਸਾਰੇ ਪਸੰਦ ਕਰਨਗੇ ਇਸ ਮੂਵੀ ਨੂੰ। ਮੂਵੀ ਬਹੁਤ ਵਧੀਆ ਸੀ ਅਤੇ ਬੜਾ ਆਨੰਦ ਆਇਆ ਦੇਖ ਕੇ, ਹੈ ਨਾ। ਥੋੜ੍ਹਾ ਜਿਹਾ ਅਬਿਊਜ਼ਿਵ ਲੈਂਗੁਏਜ ਸੀ, ਪਰ ਐਂ ਆ ਵੀ ਮੁੰਡੇ ਗੁੰਡਿਆਂ ਨੂੰ ਦੇਖਣ ਵਾਲੀ ਵਧੀਆ ਫੈਮਿਲੀ ਫਿਲਮ ਹੈ ਨਹੀਂ। ਕਈ ਗੱਲਾਂ ਹੈਗੀਆਂ, ਬਾਕੀ ਆਤਾ ਸ਼ਾਹਿਦ ਕਪੂਰ ਦੀ ਐਕਟਿੰਗ ਸਭ ਕੁਝ ਐਂਡਾ, ਦਲਜੀਤ ਬਾਈ ਨੇ ਵੀ ਸਿਰਾ ਕਰਾਇਆ। ਉਹ ਐਂ ਹੁੰਦਾ ਵੀ ਮੋਟੀਵੇਟ ਕਰਦੇ ਆ ਯੰਗਸਟਰ ਨੂੰ, ਹੈ ਨਾ, ਵੀ ਜਿਹੜੇ ਉਹਨੂੰ ਡਰੱਗ ਕਰਦੇ ਆ, ਜਿਵੇਂ ਕਿ ਆਪ ਭੰਗ ਭੁੰਗ ਪੀਂਦੇ ਜੋ ਵੀ ਕਰਦੇ ਆ ਨਾ, ਇਹ ਬਹੁਤ ਗਲਤ ਹੈਗਾ। ਇਹਨਾਂ 'ਤੇ ਇਹਨਾਂ ਨੂੰ ਰੋਕ ਲਾਉਣੀ ਚਾਹੀਦੀ ਹੈ ਅਤੇ ਅੱਗੇ ਦੇਖਣਾ ਚਾਹੀਦਾ। ਬਾਕੀ ਯੂਥ ਨੂੰ ਵੀ ਆਪਦੇ ਬਾਰੇ ਸੋਚਣਾ ਚਾਹੀਦਾ। ਬਹੁਤ ਵਧੀਆ ਕੰਸੈਪਟ ਆ ਅਤੇ ਬਹੁਤ ਵਧੀਆ ਐਕਟਿੰਗ ਆ, ਅਤੇ ਮੈਂ ਤਾਂ ਇਹ ਸਾਰੇ ਐਕਟਰਸ ਨੇ ਬਹੁਤ ਵਧੀਆ ਕੰਮ ਕੀਤਾ। ਹਾਂ ਬਈ, ਉਹ ਨਸ਼ਾ ਪ੍ਰਮੋਟ ਕਰਦੇ ਆ, ਸੈਲਟੀ ਵੀ ਸਿੰਗਰ ਆ, ਅਤੇ ਉਹ ਨਹੀਂ ਕਰਨਾ ਚਾਹੀਦਾ। ਅਤੇ ਬਾਕੀ ਬਾਈ ਦੱਸੂਗਾ ਦਲਜੀਤ ਦੀ ਐਕਟਿੰਗ ਬਾਈ ਕਿੱਦਾਂ ਲੱਗੀ? ਬਾਈ ਦਲਜੀਤ ਦੀ ਐਕਟਿੰਗ ਇੱਕ ਨੰਬਰ ਸੀਗੀ ਜੀ, ਅਤੇ ਪਰ ਉਮੀਦ ਨਹੀਂ ਸੀ ਪਹਿਲਾਂ ਤਾਂ ਵੈਸੇ ਮੂਵੀ ਤੋਂ, ਵੇਟ ਹੀ ਵਧੀਆ ਹੋਊਗੀ, ਪਰ ਬਹੁਤ ਹੀ ਵਧੀਆ ਸੀ ਮੂਵੀ। ਦਲਜੀਤ ਨੇ ਇੱਕ ਹਟ ਕੇ ਆਪਣਾ ਅਲੱਗ ਕੰਮ ਕੀਤਾ ਇਸ ਦੇ ਵਿੱਚ, ਸੋ ਸਿਹਰਾ ਜਾਂਦਾ ਸੀ ਸਾਰੀ ਟੀਮ ਨੂੰ। ਸੋ ਦਲਜੀਤ ਨੂੰ ਇੱਕ ਵਾਰ ਫਿਰ ਵਧਾਈਆਂ ਜੀ, ਉਹ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਹਾਲੀਵੁੱਡ ਬਾਲੀਵੁੱਡ ਦੇ ਵਿੱਚ ਤਾਂਖ ਜਮਾਈ ਰੱਖੂਗਾ। ਮੂਵੀ ਬਹੁਤ ਵਧੀਆ ਜੀ, ਅਤੇ ਜੀ ਸ਼ਾਹਿਦ ਕਪੂਰ ਦੀ ਐਕਟਿੰਗ ਬਹੁਤ ਵਧੀਆ ਹੈ ਜੀ, ਅਤੇ ਸ਼ਾਹਿਦ ਕਪੂਰ ਮੋਟੀਵੇਟ ਕਰਦਾ ਹੈ ਜੀ ਐਂਡ 'ਚ ਵੀ ਫਿਲਮ 'ਚ, ਦੱਸਦਾ ਵੀ ਸਾਨੂੰ ਕਿਵੇਂ ਆਪ ਯੂਥ ਨੂੰ ਬਚਾਇਆ, ਨਸ਼ੇ ਤੋਂ ਬਚਾਇਆ ਜਾ ਸਕਦਾ ਹੈ ਜੀ, ਅਤੇ ਨਸ਼ਾ ਹੀ ਨਹੀਂ ਹੈ ਜੀ ਸਾਰਿਆਂ ਲਈ। ਅਤੇ ਮੂਵੀ ਬਹੁਤ ਵਧੀਆ ਸੀ, ਇੱਕ ਮੈਸੇਜ ਯੂਥ ਲਈ। ਸਾਰੇ ਗੱਭਰੂ ਤੋਂ ਸੂਈਆਂ ਲਗਾ ਕੇ ਟਾਈਟ ਹੈ ਮੈਡਮ, ਅਬ ਲੇਡੀਜ਼ ਕੋ ਕੁਛ ਕਰਨਾ ਪੜੇਗਾ ਨਾ। ਉੜਤਾ ਪੰਜਾਬ ਮੂਵੀ ਦੇ ਵਿੱਚ ਸਾਫ਼ ਸਾਫ਼ ਝਲਕਦਾ ਹੈ ਕਿ ਕਿਵੇਂ ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੇ ਪੋਲੀਟੀਸ਼ੀਅਨ ਅਤੇ ਪੰਜਾਬ ਦੇ ਸਿੰਗਰ ਜਿਹੜੇ ਆ ਉਹ ਨਸ਼ਿਆਂ ਦੇ ਵਿੱਚ ਘੇਰ ਰਹੇ ਨੇ। ਅਤੇ ਨਾਲ ਦੀ ਨਾਲ ਇਸ ਦੇ ਵਿੱਚ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਗਿਆ ਕਿ ਪੰਜਾਬ ਦੇ ਜੇਕਰ ਜਿਹੜੇ ਜਵਾਨ ਮੁੰਡੇ ਕੁੜੀਆਂ ਨੇ ਉਹ ਜੇਕਰ ਨਸ਼ਾ ਲਾ ਸਕਦੇ ਨੇ ਤਾਂ ਉਸ ਨੂੰ ਹਟਾ ਵੀ ਸਕਦੇ ਨੇ। ਹੁਣ ਇੱਕ ਆਲੀਆ ਭੱਟ ਦੁਆਰਾ ਜਿਹੜਾ ਡਾਇਲੋਗ ਇਸ ਮੂਵੀ ਦੇ ਵਿੱਚ ਕਿਹਾ ਗਿਆ ਉਹ ਯਾਦ ਆ ਰਿਹਾ ਕਿ ਪੰਜਾਬ ਛੱਡਾਂ ਜਾਂ ਫਿਰ ਸੋਈ। ਧੰਨਵਾਦ। ਆਪਕੀ ਔਰ ਮੇਰੀ ਨਹੀਂ ਹੈ, ਇਹ ਬਾਤ ਹੈ ਪੰਜਾਬ ਕੀ।